ਸਤਿਕਾਰ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਹਰਿਆਣਾ ਹਿਮਾਚਲ ਪੰਜਾਬ ਐਟ 9 ਲੈ ਕੇ ਮੈਂ ਅਰਸ਼ਦੀਪ ਕੌਰ ਹਾਜ਼ਰ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਕਾਲੀ ਦਲ ਦੀ ਸਦਭਾਵਨਾ ਰੈਲੀ ਦੀ। 3 ਨਵੰਬਰ ਯਾਨੀ ਕੱਲ੍ਹ ਨੂੰ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਦਭਾਵਨਾ ਰੈਲੀ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਤੇ ਨੇ। ਬਠਿੰਡਾ 'ਚ ਹੋਣ ਜਾ ਰਹੀ ਇਸ ਰੈਲੀ ਲਈ ਅਕਾਲੀ ਦਲ ਨੇ ਪੂਰੀ ਤਾਕਤ ਝੋਕੀ ਹੋਈ ਹੈ। ਇਸ ਰੈਲੀ 'ਚ ਬਠਿੰਡਾ ਦੇ ਨਾਲ ਨਾਲ ਮਾਨਸਾ ਤੇ ਫਰੀਦਕੋਟ ਤੋਂ ਵਰਕਰ ਵੀ ਪਹੁੰਚ ਰਹੇ ਨੇ। ਬਠਿੰਡਾ 'ਚ ਹੋਣ ਵਾਲੀ ਸਦਭਾਵਨਾ ਰੈਲੀ ਜ਼ਰੀਏ ਜਿੱਥੇ ਅਕਾਲੀ ਦਲ ਮਿਸ਼ਨ 2017 ਲਈ ਸਿਆਸੀ ਤਾਲ ਠੋਕਣ ਦੀ ਕੋਸ਼ਿਸ਼ 'ਚ ਹੈ, ਉੱਥੇ ਹੀ ਪੰਜਾਬ 'ਚ ਮੌਜੂਦਾ ਘਟਨਾਕ੍ਰਮ ਨਾਲ ਸਿੰਜ ਰਹੀ ਪਾਰਟੀ ਦੇ ਜਨਤਕ ਆਧਾਰ ਨੂੰ ਵੱਡੇ ਇਕੱਠ ਰਾਹੀਂ ਦਰਸਾਉਣ ਦੇ ਜੁਗਾੜ 'ਚ ਵੀ ਹੈ। ਕੁੱਲ 6 ਸਦਭਾਵਨਾ ਰੈਲੀਆਂ 'ਚ ਹੋਣ ਜਾ ਰਹੀ ਇਸ ਪਹਿਲੀ ਰੈਲੀ ਲਈ ਵਰਕਰਾਂ ਨੇ ਦਿਨ ਰਾਤ ਇੱਕ ਕੀਤਾ ਹੋਇਆ ਹੈ। ਪੰਡਾਲ ਸੱਜ ਚੁੱਕਾ ਹੈ। 3 ਜ਼ਿਲ੍ਹਿਆਂ ਤੋਂ ਆਏ ਵਰਕਰਾਂ ਨੇ ਡੇਰੇ ਲਾਉਣੇ ਸ਼ੁਰੂ ਕਰ ਦਿੱਤੇ ਨੇ। ਪੰਜਾਬ ਸਰਕਾਰ ਨੇ ਪੂਰੇ ਪੰਜਾਬ ਦੇ ਵਿੱਚ ਸਦਭਾਵਨਾ ਰੈਲੀ ਕਰਨ ਦਾ ਐਲਾਨ ਕੀਤਾ ਸੀ, ਜਿਹਦੇ ਤਹਿਤ ਕੱਲ੍ਹ ਬਠਿੰਡਾ ਦੇ ਵਿੱਚ ਪਹਿਲੀ ਸਦਭਾਵਨਾ ਰੈਲੀ ਹੋ ਰਹੀ ਹੈ। ਜੇ ਅਸੀਂ ਤਿਆਰੀਆਂ ਦੀ ਗੱਲ ਕਰੀਏ, ਤਿਆਰੀਆਂ ਪੂਰੀਆਂ ਹੋ ਚੁੱਕੀਆਂ, ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਜਿਹੜੀ ਕਿ ਸਟੇਜ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੈ ਅਤੇ 25 ਏਕੜ ਦੇ ਵਿੱਚ ਇਹ ਪੂਰਾ ਪੰਡਾਲ ਬਣਾਇਆ ਗਿਆ ਅਤੇ 3 ਡਿਸਟ੍ਰਿਕਟ ਦੇ ਜਿਹੜੇ ਕਿ ਅਕਾਲੀ ਵਰਕਰ ਮਾਨਸਾ, ਬਠਿੰਡਾ, ਫਰੀਦਕੋਟ ਦੇ ਰੈਲੀ ਵਿੱਚ ਆਉਣਗੇ। ਅਤੇ ਜਿਹੜੇ ਹੁਣ ਪੰਡਾਲ ਦੇ ਵਿੱਚ ਤੁਸੀਂ ਲੋਕ ਦੇਖ ਰਹੇ ਹੋ, ਇਹ ਆਮ ਲੋਕ ਨਹੀਂ ਹੈ, ਇਹ ਪੰਜਾਬ ਪੁਲਿਸ ਦੇ ਅਧਿਕਾਰੀ ਬੈਠੇ ਨੇ ਸਿਵਲ ਵਰਦੀ ਵਿੱਚ ਅਤੇ ਆਪਣੀ ਡਿਊਟੀਆਂ ਇੱਥੇ ਲਗਾਈ ਜਾ ਰਹੀਆਂ। ਅਤੇ ਸੁਰੱਖਿਆ ਦੀ ਗੱਲ ਕਰੀਏ, ਸੁਰੱਖਿਆ ਵੀ ਪੂਰੀ ਤਰ੍ਹਾਂ ਚੌਕਸ ਕੀਤੀ ਹੋਈ ਹੈ। ਚਾਰੋਂ ਤਰਫ ਰੈਲੀ ਨੂੰ ਇੱਕ ਤਰ੍ਹਾਂ ਦਾ ਸੀਲ ਕੀਤਾ ਹੋਇਆ ਅਤੇ ਜਿਹੜੀ ਕਿ ਰੈਲੀ ਦੀ ਮੇਨ ਜਿਹੜੀ ਸਟੇਜ ਬਣਾਈ ਗਈ ਉਹ 45 ਫੁੱਟ ਦਾ ਇਹਦਾ ਫਾਸਲਾ ਰੱਖਿਆ ਗਿਆ ਤਾਂ ਜੋ ਕੋਈ ਸ਼ਰਾਰਤੀ ਅੰਸਰ ਕੋਈ ਸ਼ਰਾਰਤ ਨਾ ਕਰ ਦੇਵੇ। ਉਧਰ ਅਕਾਲੀ ਦਲ ਦੀ ਇਸ ਰੈਲੀ 'ਚ ਭਾਈਵਾਲ ਬੀਜੇਪੀ ਵੀ ਸ਼ਾਮਿਲ ਹੋਣ ਜਾ ਰਹੀ ਹੈ। ਪੰਜਾਬ ਬੀਜੇਪੀ ਮੁਖੀ ਕਮਲ ਸ਼ਰਮਾ ਵੀ ਰੈਲੀ 'ਚ ਮੌਜੂਦ ਰਹਿਣਗੇ ਤਾਂ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਯੂਥ ਅਕਾਲੀ ਦਲ ਦੇ ਵਰਕਰਾਂ ਦੇ ਵੱਡੇ ਕਾਫਲੇ ਨਾਲ ਰੈਲੀ 'ਚ ਪਹੁੰਚਣਗੇ। ਰੈਲੀ ਦੇ ਵਿੱਚ ਜਿੱਥੇ ਕਿ ਸਾਡੇ ਪਾਰਟੀ ਦੇ ਸੁਪਰੀਮੋ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਉਹ ਸਭ ਤੋਂ ਸੀਨੀਅਰ ਨੇ, ਉਸ ਤੋਂ ਬਾਅਦ ਜਿੱਥੇ ਬੀਜੇਪੀ ਨੇ ਵੀ ਫੈਸਲਾ ਕੀਤਾ ਉਹਨਾਂ ਦੇ ਪ੍ਰਧਾਨ ਸਾਹਿਬ ਉਹ ਵੀ ਆਉਣਗੇ, ਸਾਹ ਸੁਖਬੀਰ ਸਿੰਘ ਬਾਦਲ ਸਾਹਿਬ, ਬੀਬਾ ਹਰਸਿਮਰਤ ਕੌਰ ਬਾਦਲ ਜਿਹੜੇ ਕਿ ਇੱਥੋਂ ਦੇ ਮੈਂਬਰ ਪਾਰਲੀਮੈਂਟ ਨੇ ਔਰ ਕੇਂਦਰੀ ਵਜ਼ੀਰ ਵੀ ਨੇ, ਸਾਰੀ ਦੀ ਸਾਰੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੇ ਇਸ ਮਾਲਵਾ ਜ਼ੋਨ ਨਾਲ ਸੰਬੰਧ ਰੱਖਦੀ ਹੈ ਉਹ ਸਾਰੇ ਇੱਥੇ ਸ਼ਿਰਕਤ ਕਰਨਗੇ। ਪੰਜਾਬ ਦੇ ਮੌਜੂਦਾ ਹਾਲਾਤ ਨੂੰ ਵੇਖਦਿਆਂ ਰੈਲੀ 'ਚ ਸੁਰੱਖਿਆ ਵਿਵਸਥਾ ਦੇ ਵੀ ਖਾਸ ਇੰਤਜ਼ਾਮ ਕੀਤੇ ਗਏ ਨੇ। 7 ਜ਼ਿਲ੍ਹਿਆਂ 'ਚੋਂ 4000 ਪੁਲਿਸ ਦੇ ਜਵਾਨ ਰੈਲੀ ਵਾਲੀ ਥਾਂ 'ਤੇ ਤਾਇਨਾਤ ਰਹਿਣਗੇ। ਇਸ ਦੇ ਨਾਲ ਹੀ BSF ਅਤੇ RPF ਦੀ ਇੱਕ ਕੰਪਨੀ ਵੀ ਬੁਲਾਈ ਗਈ ਹੈ ਅਤੇ ਪੁਲਿਸ ਦੇ ਆਲਾ ਅਫਸਰਾਂ ਨੇ ਵੀ ਮੋਰਚਾ ਸਾਂਭਿਆ ਹੋਇਆ। ਸਿਕਿਉਰਿਟੀ ਪੱਖੋਂ ਪੂਰੀ ਤਿਆਰੀ ਹੈ ਪੁਲਿਸ ਦੀ, ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ, ਇਸ ਕਰਕੇ ਸਾਰੇ ਸ਼ਹਿਰ ਦੀ ਟ੍ਰੈਫਿਕ ਨੂੰ ਵੱਖੋ ਵੱਖਰੀ ਰਸਤਿਆਂ ਰਾਹੀਂ ਡਾਇਵਰਟ ਕੀਤਾ ਗਿਆ। ਅਕਾਲੀ ਦਲ ਵੱਲੋਂ ਇਸ ਰੈਲੀ 'ਚ ਵੱਡੇ ਇਕੱਠ ਦਾ ਦਾਅਵਾ ਕੀਤਾ ਜਾ ਰਿਹਾ, ਸੋ ਇਸ ਰੈਲੀ ਨੂੰ ਅਕਾਲੀ ਦਲ ਦੇ ਸ਼ਕਤੀ ਪ੍ਰਦਰਸ਼ਨ ਵਜੋਂ ਵੀ ਵੇਖਿਆ ਜਾ ਰਿਹਾ। ਗੋਬਿੰਦ ਸੈਣੀ, ਜ਼ੀ ਮੀਡੀਆ, ਬਠਿੰਡਾ। ਅਕਾਲੀ ਦਲ ਵੱਲੋਂ ਕੁੱਲ 6 ਸਦਭਾਵਨਾ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਪਹਿਲੀ ਰੈਲੀ ਕੱਲ੍ਹ ਬਠਿੰਡਾ ਦੇ ਵਿੱਚ ਹੋਣ ਜਾ ਰਹੀ ਹੈ। ਅਕਾਲੀ ਦਲ ਨੇ ਪੂਰੀ ਤਾਕਤ ਝੋਕੀ ਹੋਈ ਹੈ, ਹੁਣ ਵੇਖਣਾ ਹੋਵੇਗਾ ਕਿਸ ਤਰੀਕੇ ਦੀ ਰੈਲੀ ਹੁੰਦੀ ਹੈ ਅਤੇ ਬੀਜੇਪੀ ਵੱਲੋਂ ਕੌਣ ਕੌਣ ਸ਼ਾਮਲ ਹੁੰਦਾ ਹੈ। ਅੱਗੇ ਵੱਧਦੇ ਉੱਧਰ ਪੰਜਾਬ 'ਚ ਆਪਣਾ ਸਿਆਸੀ ਆਧਾਰ ਭਾਲ ਰਹੀ ਆਮ ਆਦਮੀ ਪਾਰਟੀ ਵੀ ਪੰਜਾਬ 'ਚ ਚੋਣਾਂ ਦੇ ਲਈ ਰਣਨੀਤੀ ਤੈਅ ਕਰਨ ਵਿੱਚ ਜੁਟੀ ਹੋਈ ਹੈ। ਅੱਜ ਫਾਜ਼ਿਲਕਾ 'ਚ ਫਿਰੋਜ਼ਪੁਰ ਜ਼ੋਨ ਦੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਦੀ ਵਿਸ਼ੇਸ਼ ਬੈਠਕ ਲੈਣ ਦੇ ਲਈ ਆਮ ਆਦਮੀ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਮੁੱਖ ਤੌਰ 'ਤੇ ਫਾਜ਼ਿਲਕਾ ਪਹੁੰਚੇ। ਤਸਵੀਰਾਂ ਤੁਹਾਡੇ ਸਾਹਮਣੇ ਨੇ ਫਾਜ਼ਿਲਕੇ ਦੇ ਫਾਜ਼ਿਲਕਾ ਦੇ ਤਸਵੀਰਾਂ ਨੇ। ਆਮ ਆਦਮੀ ਪਾਰਟੀ ਵੀ 2017 ਚੋਣਾਂ ਨੂੰ ਲੈ ਕੇ ਕਾਫੀ ਸਰਗਰਮ ਨਜ਼ਰ ਆ ਰਹੀ ਹੈ। ਆਮ ਆਦਮੀ ਪਾਰਟੀ ਕਨਵੀਨਰ ਛੋਟੇਪੁਰ ਨੇ ਮੌਜੂਦ ਨੇਤਾਵਾਂ ਤੇ ਵਰਕਰਾਂ ਦੇ ਨਾਲ ਚੋਣਾਂ ਦੀ ਰਣਨੀਤੀ ਨੂੰ ਲੈ ਕੇ ਵਿਸ਼ੇਸ਼ ਬੈਠਕ ਕੀਤੀ ਅਤੇ ਇਹ ਵੀ ਦਾਅਵਾ ਕੀਤਾ ਸੁੱਚਾ ਸਿੰਘ ਛੋਟੇਪੁਰ ਨੇ, ਉਹਨਾਂ ਨੇ ਕਿਹਾ ਕਿ ਪੰਜਾਬ 'ਚ ਆਉਣ ਵਾਲਾ ਸਮਾਂ ਆਮ ਆਦਮੀ ਪਾਰਟੀ ਦਾ ਹੈ। ਸੋ ਪਹਿਲੀ ਵਾਰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲੜੇਗੀ ਆਮ ਆਦਮੀ ਪਾਰਟੀ। ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਜੋ ਪ੍ਰਦਰਸ਼ਨ ਸੀ ਕਾਫੀ ਚੰਗਾ ਰਿਹਾ ਸੀ। ਪੰਜਾਬ ਦੇ 13 ਸੀਟਾਂ ਵਿੱਚੋਂ 4 ਤੇ ਜਿੱਤ ਦਰਜ ਕੀਤੀ ਸੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ। ਸੋ ਲੋਕ ਸਭਾ ਚੋਣਾਂ ਦੇ ਆਏ ਨਤੀਜਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੀ ਕਾਫੀ ਕੌਨਫੀਡੈਂਟ ਨਜ਼ਰ ਆ ਰਹੀ। ਆਪਣੇ ਵਲੰਟੀਅਰਸ ਨੂੰ, ਸਰਕਲ ਇੰਚਾਰਜ ਨੂੰ ਔਰ ਪਾਰਟੀ ਦੇ ਹਮਦਰਦ ਲੋਕਾਂ ਨੂੰ ਮਿਲਣਾ ਆ, ਕਿਉਂਕਿ ਅੱਜ ਪੰਜਾਬ ਦੇ ਜੋ ਹਾਲਾਤ ਨੇ, ਸਾਰਾ ਪੰਜਾਬ ਬੜੀ ਆਸ ਦੀ ਨਿਗਾਹ ਨਾਲ ਆਮ ਆਦਮੀ ਪਾਰਟੀ ਵੱਲ, ਅਰਵਿੰਦ ਕੇਜਰੀਵਾਲ ਨਾਲ ਦੇਖ ਰਿਹਾ ਹੈ। ਅੱਗੇ ਵਧਿਆ ਸੀਨੀਅਰ ਵਕੀਲ ਐਚ ਐਸ ਫੂਲਕਾ ਅੱਜ ਕੱਲ੍ਹ 84 ਸਿੱਖ ਕਤਲੇਆਮ ਨੂੰ ਲੈ ਕੇ ਕਾਂਗਰਸ ਖਿਲਾਫ਼ ਭੜਾਸ ਕਰ ਰਹੇ ਨੇ। ਅੰਮ੍ਰਿਤਸਰ ਪਹੁੰਚੋ ਫੂਲਕਾ ਦੀ ਸੂਈ ਇੱਕ ਵਾਰ ਫਿਰ ਤੋਂ ਕੈਪਟਨ ਅਮਰਿੰਦਰ ਸਿੰਘ ਤੇ ਟਿਕੀ ਰਹੇ। ਫੂਲਕਾ ਨੇ ਇਲਜ਼ਾਮ ਲਗਾਇਆ ਕਿ ਕੈਪਟਨ ਆਪਣੇ ਸਿਆਸੀ ਫਾਇਦੇ ਲਈ ਟਾਈਟਲਰ ਤੇ ਸੱਜਣ ਕੁਮਾਰ ਨੂੰ ਕਲੀਨ ਚਿੱਟ ਦੇ ਰਹੇ ਨੇ ਅਤੇ ਨਾਲ ਹੀ ਉਹਨਾਂ ਚੈਲੰਜ ਕੀਤਾ ਕਿ ਉਹ ਇਹਨਾਂ ਨੂੰ ਬੇਕਸੂਰ ਹਾਲ ਤੱਕ ਕੀ ਪੁੱਛਣਾ, ਉਹਨਾਂ ਤੇ ਇਲਜ਼ਾਮ ਲਗਾ ਰਹੇ ਆ ਕਿ ਇਹ ਤਾਂ ਪੈਸੇ ਖਾ ਖਾ ਕੇ ਝੂਠੇ ਪਿਆ।
ਫੁਲਕਾ ਦਹੀ ਜੀ ਬਿਆਨਬਾਜ਼ੀ ਕਰਦਾ ਰਹਿੰਦਾ ਪਿਛਲੇ 31 ਸਾਲਾਂ ਤੋਂ ਅਖਬਾਰਾਂ ਦੀਆਂ ਸੁਰਖੀਆਂ ਵਿਚਾਲੇ ਗਲਤ ਬਿਆਨਬਾਜ਼ੀ ਕਰਦਾ। ਮੈਂ ਅਮਰਿੰਦਰ ਨੂੰ ਚੈਲੰਜ ਕਰਦਾ ਕਿ ਪਿਛਲੇ 31 ਸਾਲ 'ਚ ਮੈਂ ਇੱਕ ਵੀ ਕੋਈ ਗਲਤ ਬਿਆਨ ਦਿੱਤਾ ਅਤੇ ਪ੍ਰੂਵ ਕਰਕੇ ਦਿਖਾਇਆ। ਮੈਂ ਅਮਰਿੰਦਰ ਨੂੰ ਚੈਲੰਜ ਕਰਦਾ, ਉਹ ਕਹਿ ਰਿਹਾ ਟਾਈਟਲ ਬੇਕਸੂਰ ਆ, ਪ੍ਰੂਵ ਕਰਕੇ ਦਿਖਾ। ਪ੍ਰੂਵ ਕਰਕੇ 6 ਨਵੰਬਰ 1984 ਨੂੰ ਟਾਈਟਲ ਦਾ ਨਾਮ ਅਖਬਾਰਾਂ 'ਚ ਆਇਆ ਸੀ, ਉਹ ਗਲਤ ਸੀ। ਅੱਗੇ ਵਧਦਿਆਂ ਸੀਬੀਆਈ ਦੀ ਟੀਮ ਨੇ ਬਰਗਾੜੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਬੀਆਈ ਦੀ 6 ਮੈਂਬਰੀ ਟੀਮ ਬਰਗਾੜੀ ਸਮੇਤ ਪਿੰਡ ਜਵਾਹਰ ਸਿੰਘ ਵਾਲਾ ਦੇ ਦੌਰੇ 'ਤੇ ਹੈ। ਸੀਬੀਆਈ ਦੀ ਟੀਮ ਵੱਲੋਂ ਸਥਾਨਕ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪਿੰਡ ਵਾਸੀ ਜਾਂਚ 'ਚ ਪੂਰਾ ਸਹਿਯੋਗ ਦੇਣ ਦੀ ਗੱਲ ਕਹਿ ਰਹੇ ਨੇ। ਪਹਿਲਾਂ ਇਸ ਪੂਰੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ SIT ਦਾ ਗਠਨ ਕੀਤਾ ਗਿਆ, ਪਰ ਜਦ ਦਬਾਅ ਬਣਿਆ ਤਾਂ ਇਹ ਪੂਰਾ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਅਤੇ ਹੁਣ ਸੀਬੀਆਈ ਦੀ ਟੀਮ ਨੇ ਬਰਗਾੜੀ ਦਾ ਦੌਰਾ ਕੀਤਾ ਜਿੱਥੋਂ ਬੇਅਦਬੀ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕਈ ਮਾਮਲੇ ਸਾਹਮਣੇ ਆਏ, ਜਿਸ ਨੂੰ ਲੈ ਕੇ ਲੋਕ ਸੜਕਾਂ 'ਤੇ ਉਤਰ ਆਏ, ਲੋਕਾਂ ਦਾ ਗੁੱਸਾ ਵੇਖਣ ਨੂੰ ਮਿਲਿਆ ਅਤੇ ਲੋਕਾਂ ਦੇ ਦਬਾਅ ਦੇ ਚੱਲਦਿਆਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਛੇਤੀ ਤੋਂ ਛੇਤੀ SIT ਦਾ ਗਠਨ ਕੀਤਾ ਗਿਆ ਅਤੇ ਬਾਅਦ ਵਿੱਚ ਮਾਮਲਾ ਪੂਰਾ CBI ਨੂੰ ਸੌਂਪ ਦਿੱਤਾ ਗਿਆ। ਉਸ ਸਿਲਸਿਲੇ ਦੇ ਵਿੱਚ CBI ਦੀ ਟੀਮ ਨੇ ਰਸਮੀ ਤੌਰ 'ਤੇ ਇੱਥੇ ਆ ਕੇ ਆਪਦੀ ਤਫਤੀਸ਼ ਆਰੰਭ ਕਰ ਦਿੱਤੀ ਹੈ ਅਤੇ ਉਹ ਆਪਣੇ ਤਰੀਕੇ ਦੇ ਨਾਲ ਇਹਨਾਂ ਸਾਰੀਆਂ ਘਟਨਾਵਾਂ ਦੀ ਜਾਂਚ ਕਰ ਰਹੇ ਨੇ। ਉਹਨਾਂ ਨੇ ਆ ਕੇ ਸਾਥੋਂ ਮੁੱਢਲੀ ਘਟਨਾਕ੍ਰਮ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਅਤੇ 0 ਪੁਆਇੰਟ ਤੋਂ ਆਪਣੀ ਉਹਨਾਂ ਨੇ ਤਫਤੀਸ਼ ਸ਼ੁਰੂ ਕਰ ਦਿੱਤੀ। ਅਸੀਂ ਉਸ ਗੱਲ 'ਤੇ ਪੂਰੇ ਸੰਤੁਸ਼ਟ ਆ ਕਿਉਂਕਿ ਉਹਨਾਂ ਨੇ ਆਪਦੇ ਮੁਤਾਬਕ ਮੁੱਢਲੀ ਜਾਣਕਾਰੀ ਲੈਣ ਉਪਰੰਤ ਜਿਹੜੀ ਕਾਰਵਾਈ ਸ਼ੁਰੂ ਕੀਤੀ ਆ ਉਹਨਾਂ ਦੇ ਮੁਤਾਬਕ ਜਿਹੜੀ ਆਪਣਾ ਪਿੰਡ ਵਾਸੀ ਆ ਸੰਤੁਸ਼ਟ ਆ ਅਤੇ ਸਹੀ ਉਹਨਾਂ ਦੀ ਜਾਂਚ ਚੱਲ ਰਹੀ ਆ ਅਤੇ ਪਿੰਡ ਵਾਸੀ ਸਹਿਯੋਗ ਦੇਣਗੇ ਉਹਨਾਂ ਨੂੰ। ਅੱਗੇ ਵਧਦਿਆਂ ਕੇਂਦਰ ਅਤੇ ਸੂਬਾ ਸਰਕਾਰਾਂ ਲੋਕਾਂ ਦੀ ਭਲਾਈ ਦੇ ਵੱਡੇ ਵੱਡੇ ਦਾਅਵੇ ਕਰਦੀਆਂ ਨੇ, ਲੋਕਾਂ ਦੀ ਭਲਾਈ ਲਈ ਸਕੀਮਾਂ ਵੀ ਘੜੀਆਂ ਜਾਂਦੀਆਂ ਨੇ, ਪਰ ਇਹ ਸਕੀਮਾਂ ਧਰਾਤਲ 'ਤੇ ਕਿੰਨੀਆਂ ਕਾਮਯਾਬ ਹੁੰਦੀਆਂ ਨੇ, ਸੰਗਰੂਰ ਤੋਂ ਰਿਪੋਰਟ ਦੇਖੋ। ਪੂਰੀ ਤਰ੍ਹਾਂ ਤਰੇੜੇ ਜਾ ਚੁੱਕੇ ਇਹਨਾਂ ਮਕਾਨਾਂ ਦੇ ਵਿੱਚ ਰਹਿਣਾ ਖਤਰੇ ਤੋਂ ਖਾਲੀ ਨਹੀਂ ਹੈ, ਪਰ ਸੰਗਰੂਰ ਜ਼ਿਲ੍ਹੇ ਦੇ ਕਈ ਅਜਿਹੇ ਗਰੀਬ ਪਰਿਵਾਰ ਨੇ ਜੋ ਸਿਰ ਤੇ ਮੰਡਰਾ ਰਹੇ ਇਸ ਖਤਰੇ ਦੇ ਹੇਠ ਰਹਿਣ ਦੇ ਲਈ ਮਜਬੂਰ ਨੇ, ਕਿਉਂਕਿ ਉਹਨਾਂ ਦੇ ਕੋਲ ਹੋਰ ਕੋਈ ਬਦਲ ਨਹੀਂ ਹੈ। ਹਾਲਾਂਕਿ ਕੇਂਦਰ ਸਰਕਾਰ ਵੱਲੋਂ BPL ਕਾਰਡ ਧਾਰਕਾਂ ਨੂੰ ਰਹਿਣ ਯੋਗ ਮਕਾਨ ਮੁਹੱਈਆ ਕਰਵਾਉਣ ਦੇ ਲਈ ਇੰਦਰਾ ਆਵਾਸ ਯੋਜਨਾ ਸ਼ੁਰੂ ਕੀਤੀ ਗਈ ਹੈ, ਪਰ ਇਹ ਯੋਜਨਾ ਵੀ ਬੇਅਸਰ ਦਿਖਾਈ ਦਿੰਦੀ ਹੈ ਕਿਉਂਕਿ ਇਸ ਸਕੀਮ ਦੇ ਤਹਿਤ ਆਉਣ ਵਾਲਾ ਪੈਸਾ ਅਜੇ ਤੱਕ ਇਹਨਾਂ ਗਰੀਬ ਪਰਿਵਾਰਾਂ ਤੱਕ ਨਹੀਂ ਪਹੁੰਚਿਆ। ਪੈਸਾ ਆਉਣ ਦੀ ਉਡੀਕ ਵਿੱਚ ਇਹ ਪਰਿਵਾਰ ਥੱਕ ਹਾਰ ਚੁੱਕੇ ਨੇ। ਇਹਨਾਂ ਪਰਿਵਾਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ BPL ਕਾਰਡ ਬਣੇ ਹੋਏ ਨੇ, ਪਰ ਉਹ ਚਿੱਟੇ ਹਾਥੀ ਸਾਬਤ ਹੋ ਰਹੇ ਨੇ। ਕੋਈ ਫਾਇਦਾ ਨਹੀਂ ਹੈ ਜੀ, ਕੋਈ ਫਾਇਦਾ ਨਹੀਂ। ਜੇ ਤਾਂ ਵੈਸੇ ਰੱਖੇ ਪਏ ਨੇ ਜੀ, ਬਣ ਜਾਂਦੇ ਨੇ, ਕਹਿੰਦੇ ਨੇ ਨਿਊ ਕਰਵਾ ਲਓ, ਜੇ ਨਿਊ ਵੀ ਕਰਵਾ ਲੈਂਦੇ ਨੇ ਤਾਂ ਉਹਦਾ ਕੋਈ ਬੈਨੀਫਿਟ ਨਹੀਂ ਮਿਲ ਰਿਹਾ ਜੀ। ਕਾਰਡ ਹੈਗੇ ਨੇ ਸਾਡੇ BPL, ਅੱਜ ਸਾਨੂੰ ਕੋਈ ਪੈਸਾ ਨਹੀਂ ਮਿਲਿਆ ਜੀ। ਸਾਡੇ ਘਰ ਬਹੁਤ ਗੰਭੀਰ ਹਾਲਤ ਆ ਜੀ ਉਹਨਾਂ ਦੀ। ਇਹਨਾਂ ਪਰਿਵਾਰਾਂ ਦੀ ਦੁਰਦਸ਼ਾ ਬਾਰੇ ਜਦੋਂ ਸੰਗਰੂਰ ਦੇ ਵਿਧਾਇਕ ਅਤੇ ਮੁੱਖ ਪਾਰਲੀਮਾਨੀ ਸਕੱਤਰ ਪ੍ਰਕਾਸ਼ ਚੰਦ ਗਰਗ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇੰਦਰਾ ਆਵਾਸ ਯੋਜਨਾ ਦੇ ਤਹਿਤ ਜ਼ਿਲ੍ਹਾ ਸੰਗਰੂਰ ਦੇ ਲਈ ਕੇਂਦਰ ਨੂੰ 20 ਕਰੋੜ ਰੁਪਏ ਦੀ ਤਜਵੀਜ਼ ਭੇਜੀ ਗਈ ਸੀ, ਪਰ ਹੁਣ ਤੱਕ ਜ਼ਿਲ੍ਹੇ ਨੂੰ ਸਿਰਫ 3 ਕਰੋੜ ਰੁਪਏ ਹੀ ਮਿਲੇ ਨੇ। ਇਸ ਲਈ ਬਹੁਤੇ BPL ਕਾਰਡ ਧਾਰਕਾਂ ਦੇ ਘਰਾਂ ਦੀ ਮੁਰੰਮਤ ਨਹੀਂ ਹੋ ਸਕੀ ਹੈ। ਅਸੀਂ ਜ਼ਿਲ੍ਹਾ ਸੰਗਰੂਰ ਲਈ 20 ਕਰੋੜ ਰੁਪਏ ਦੀ ਡਿਮਾਂਡ ਭੇਜੀ ਹੋਈ ਹੈ, ਉਹਦੇ 'ਚੋਂ 3 ਕਰੋੜ ਰੁਪਏ ਦੇ ਫੰਡ ਜਿਹੜੇ ਨੇ ਉਹ ਜ਼ਿਲ੍ਹਾ ਸੰਗਰੂਰ ਨੂੰ ਜਾਰੀ ਹੋ ਗਏ, ਔਰ ਅਸੀਂ ਉਮੀਦ ਕਰਦੇ ਹਾਂ ਕਿ ਬਾਕੀ ਜਿਹੜੀ ਸਾਡੀ ਰਿਕੁਆਇਰਮੈਂਟ ਹੈ ਉਹ ਜਲਦੀ ਜਿਹੜੀ ਹੈ ਕੇਂਦਰ ਸਰਕਾਰ ਆਪਣਾ ਹਿੱਸਾ ਜਿਹੜਾ ਹੈ ਭੇਜੇਗੀ। ਦਰਅਸਲ ਇੰਦਰਾ ਆਵਾਸ ਯੋਜਨਾ ਦੇ ਤਹਿਤ 3 ਕਿਸ਼ਤਾਂ ਵਿੱਚ ਪੈਸੇ ਆਉਂਦੇ ਨੇ, ਪਹਿਲੀ ਕਿਸ਼ਤ ਮਕਾਨ ਦੀ ਨੀਂਹ ਭਰਨ ਵੇਲੇ, ਦੂਜੀ ਮਕਾਨ ਬਣਾਉਣ ਵੇਲੇ ਅਤੇ ਤੀਜੀ ਬਿਜਲੀ ਦੇ ਕਨੈਕਸ਼ਨ ਲੈਣ ਵੇਲੇ ਮਿਲਦੀ ਹੈ। ਪਰ ਇਹਨਾਂ ਗਰੀਬ ਪਰਿਵਾਰਾਂ ਦਾ ਇਲਜ਼ਾਮ ਹੈ ਕਿ ਸਿਆਸੀ ਲੋਕ ਉਹਨਾਂ ਕੋਲ ਵੋਟਾਂ ਲੈਣ ਤਾਂ ਆਉਂਦੇ ਨੇ, ਪਰ ਇਹ ਦੱਸਣ ਕਦੇ ਨਹੀਂ ਆਏ ਕਿ ਗਰੀਬਾਂ ਦੇ ਲਈ ਕਿਹੜੀ ਸਕੀਮ ਅਧੀਨ ਕਿੰਨਾ ਪੈਸਾ ਆਇਆ ਹੈ ਅਤੇ ਇਸਦਾ ਉਹ ਕਿਵੇਂ ਲਾਭ ਲੈ ਸਕਦੇ ਨੇ। ਸਾਨੂੰ ਕੀ ਪਤਾ ਵੀ ਕਦੋਂ ਗੌਰਮੈਂਟ ਕੀ ਦੇ ਰਹੀ ਹੈ ਕੀ ਨਾ, ਕਦੋਂ ਪੈਸਾ ਆਇਆ, ਅਨਪੜ੍ਹ ਲੋਕਾਂ ਨਹੀਂ ਪਤਾ ਇਹਨਾਂ ਗੱਲਾਂ ਬਾਰੇ। ਬੇਸ਼ੱਕ ਕੇਂਦਰ ਤੇ ਸੂਬਾ ਸਰਕਾਰਾਂ ਗਰੀਬ ਲੋਕਾਂ ਦੀ ਭਲਾਈ ਲਈ ਸਕੀਮਾਂ ਬਣਾਉਂਦੀਆਂ ਨੇ, ਪਰ ਉਹਨਾਂ ਦਾ ਅਸਰ ਜ਼ਮੀਨੀ ਪੱਧਰ ਤੇ ਘੱਟ ਹੀ ਨਜ਼ਰ ਆਉਂਦਾ ਹੈ। ਇਹ ਸਕੀਮਾਂ ਆਪਣੇ ਅਸਲ ਮਕਸਦ ਵਿੱਚ ਉਦੋਂ ਹੀ ਕਾਮਯਾਬ ਹੋਣਗੀਆਂ ਜਦੋਂ ਇਹਨਾਂ ਨੂੰ ਇਨ ਬਿਨ ਲਾਗੂ ਕੀਤਾ ਜਾਵੇਗਾ ਅਤੇ ਲੋੜਵੰਦ ਲੋਕਾਂ ਨੂੰ ਇਹਨਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ। ਸੁਮਿਤ ਜੋਸ਼ੀ, ਜ਼ੀ ਮੀਡੀਆ, ਸੰਗਰੂਰ। ਖੇਤੀਬਾੜੀ
ਪਾਣੀ ਤੇ ਨਿਰਭਰ ਹੁੰਦੀ ਹੈ। ਖਾਸ ਕਰਕੇ ਨਹਿਰੀ ਪਾਣੀ ਖੇਤਾਂ ਨੂੰ ਹਰਿਆਵਲ ਕਰਨ ਚ ਅਹਿਮ ਭੂਮਿਕਾ ਅਦਾ ਕਰਦਾ ਹੈ, ਪਰ ਹੁਸ਼ਿਆਰਪੁਰ ਦੇ ਕਈ ਇਲਾਕਿਆਂ ਚ ਨਹਿਰੀ ਪਾਣੀ ਖਤਰਨਾਕ ਸਾਬਤ ਹੋ ਰਿਹਾ ਤੇ ਕਿਸਾਨਾਂ ਦੀ ਜ਼ਮੀਨ ਨੂੰ ਨਿਗਲਦਾ ਜਾ ਰਿਹਾ। ਪਰੇਸ਼ਾਨ ਕਿਸਾਨ ਪ੍ਰਸ਼ਾਸਨ ਤੋਂ ਪੱਕੇ ਹੱਲ ਦੀ ਮੰਗ ਕਰ ਰਹੇ ਨੇ। ਤੁਹਾਨੂੰ ਦੱਸ ਰਿਹਾ ਕਿ ਕਿਸ ਤਰੀਕੇ ਨਾਲ ਖੇਤੀਬਾੜੀ ਜੋ ਨਹਿਰੀ ਪਾਣੀ ਹੈ ਖੇਤਾਂ ਨੂੰ ਹਰਿਆਵਲ ਕਰਨ ਚ ਅਹਿਮ ਭੂਮਿਕਾ ਨਿਭਾਉਂਦਾ, ਪਰ ਹੁਸ਼ਿਆਰਪੁਰ ਦੇ ਵਿੱਚ ਕਈ ਨਹਿਰੀ ਪਾਣੀ ਮੁਸ਼ਕਲਾਂ ਬਣਿਆ ਹੋਇਆ ਹੈ ਕਿਸਾਨਾਂ ਦੇ ਲਈ। ਇਹ ਖਬਰ ਤੁਹਾਨੂੰ ਦੱਸਾਂਗੇ, ਪਰ ਅਗਲੀ ਖਬਰ ਤੁਹਾਨੂੰ ਦੱਸ ਦਿੰਦੇ ਹਾਂ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਸਿੱਖ ਪੰਥ ਦੇ ਮਹਾਨ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਯਾਦਗਾਰ ਬਣਾਈ ਜਾਵੇਗੀ, ਜਿਸ ਨੂੰ ਲੈ ਕੇ SGPC ਅਤੇ ਪ੍ਰਸ਼ਾਸਨਕ ਅਫਸਰਾਂ ਦੀ ਬੈਠਕ ਹੋਈ। ਯਾਦਗਾਰ ਦਾ ਨਿਰਮਾਣ ਪੰਜਾਬ ਸਰਕਾਰ ਕਰਵਾਏਗੀ ਅਤੇ ਸਾਂਭ ਸੰਭਾਲ ਦੀ ਜ਼ਿੰਮੇਵਾਰੀ SGPC ਹਵਾਲੇ ਹੋਵੇਗੀ। ਪੰਜਾਬ ਸਰਕਾਰ ਵੱਲੋਂ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀਆਂ ਯਾਦਗਾਰਾਂ ਬਣਵਾਉਣ ਦਾ ਕੰਮ ਜ਼ੋਰ ਸ਼ੋਰ ਨਾਲ ਜਾਰੀ ਹੈ। ਇਸੇ ਤਹਿਤ ਫਤਿਹਗੜ੍ਹ ਸਾਹਿਬ 'ਚ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ 'ਚ ਯਾਦਗਾਰ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਸ ਬਾਰੇ ਇੱਕ ਮੀਟਿੰਗ ਰੱਖੀ ਗਈ। ਮੀਟਿੰਗ 'ਚ SGPC ਪ੍ਰਧਾਨ ਅਵਤਾਰ ਸਿੰਘ ਮੱਕੜ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ਾਮਲ ਹੋਏ। ਯਾਦਗਾਰ ਦੀ ਉਸਾਰੀ ਠੰਡੇ ਬੁਰਜ ਨੇੜੇ 5 ਏਕੜ ਜ਼ਮੀਨ 'ਤੇ ਕੀਤੀ ਜਾ ਰਹੀ ਹੈ। SGPC ਮੁਖੀ ਨੇ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਉਹ 5 ਏਕੜ ਜ਼ਮੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਲਾਟ ਕੀਤੀ ਗਈ ਹੈ ਔਰ ਉਹਦੀ ਸਾਰੀ ਕਾਰਵਾਈ ਕਰਨ ਤੋਂ ਉਪਰੰਤ ਪਾਲ ਸਾਹਿਬ ਦਾ ਨੀਂਹ ਪੱਥਰ ਰੱਖਣਗੇ ਅਤੇ ਉਹਦੇ ਨਾਲ ਦਾ ਇਲਾਕਾ ਜਿਹੜਾ ਸਾਰਾ ਉਹਨੂੰ ਵੀ ਡਿਵੈਲਪ ਕੀਤਾ ਜਾਊਗਾ, ਲੈਂਡਸਕੇਪਿੰਗ ਕੀਤੀ ਜਾਊਗੀ। ਸ਼੍ਰੋਮਣੀ ਕਮੇਟੀ ਵੱਲੋਂ ਠੰਡੇ ਬੁਰਜ ਤੋਂ ਉਸ ਯਾਦਗਾਰ ਲਈ 100 ਫੁੱਟ ਦਾ ਰਸਤਾ ਵੀ ਜਿਹੜਾ ਉਹ ਦਿੱਤਾ ਜਾਊਗਾ। ਇਸ ਦੌਰਾਨ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਯਾਦਗਾਰ ਬਣਵਾਉਣ ਲਈ ਜਗ੍ਹਾ ਦੇਣ ਤੇ SGPC ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਅਗਲੇ ਸਾਲ 20 ਫਰਵਰੀ ਨੂੰ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਸ਼ਹੀਦੀ ਦਿਹਾੜੇ ਤੇ ਮੁੱਖ ਮੰਤਰੀ ਇਸ ਦਾ ਨੀਂਹ ਪੱਥਰ ਰੱਖਣਗੇ। ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਨੇ ਤੇ ਉਹਨਾਂ ਦੀ ਯਾਦ ਨੂੰ ਜ਼ਹਿਨ 'ਚ ਤਾਜ਼ਾ ਰੱਖਣ, ਨੌਜਵਾਨ ਪੀੜ੍ਹੀ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ 'ਚ ਅਜਿਹੀਆਂ ਯਾਦਗਾਰਾਂ ਅਹਿਮ ਯੋਗਦਾਨ ਅਦਾ ਕਰਦੀਆਂ ਨੇ। ਹਰਪ੍ਰੀਤ ਸਿੰਘ, ਜ਼ੀ ਮੀਡੀਆ, ਫਤਿਹਗੜ੍ਹ ਸਾਹਿਬ। ਅੱਗੇ ਵਧਦਿਆਂ ਪਹਿਲੀ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸੰਬੰਧ 'ਚ ਪਠਾਨਕੋਟ 'ਚ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਤਸਵੀਰਾਂ ਤੁਹਾਡੇ ਸਾਹਮਣੇ ਨੇ, ਜਿਸ ਵਿੱਚ ਹਜ਼ਾਰਾਂ ਦੀ ਤਾਦਾਦ 'ਚ ਸੰਗਤ ਨੇ ਹਿੱਸਾ ਲਿਆ। ਇਹ ਨਗਰ ਕੀਰਤਨ ਪਿੰਡ ਨਾਲਬੰਦਾ ਤੋਂ ਸ਼ੁਰੂ ਹੋ ਕੇ ਵੱਖ ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਅਕਾਲਗੜ੍ਹ 'ਚ ਜਾ ਕੇ ਸਮਾਪਤ ਹੋਇਆ। ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਸਜਾਇਆ ਗਿਆ ਅਤੇ ਲੋਕਾਂ ਨੇ ਇਸ ਨਗਰ ਕੀਰਤਨ 'ਚ ਵੱਧ ਚੜ੍ਹ ਕੇ ਹਿੱਸਾ ਲਿਆ। ਅੱਗੇ ਫਿਰ ਖਬਰ ਹੁਸ਼ਿਆਰਪੁਰ ਤੋਂ ਹੀ ਹੈ। ਪਹਿਲਾਂ ਜੋ ਅਸੀਂ ਗੱਲ ਕੀਤੀ ਸੀ, ਖੇਤੀਬਾੜੀ ਪਾਣੀ ਤੇ ਨਿਰਭਰ ਹੁੰਦੀ ਹੈ, ਖਾਸ ਕਰਕੇ ਨਹਿਰੀ ਪਾਣੀ ਖੇਤਾਂ ਨੂੰ ਹਰਿਆਵਲ ਕਰਨ 'ਚ ਅਹਿਮ ਭੂਮਿਕਾ ਨਿਭਾਉਂਦਾ, ਪਰ ਹੁਸ਼ਿਆਰਪੁਰ ਦੇ ਕਈ ਇਲਾਕਿਆਂ 'ਚ ਕਿਸ ਤਰੀਕੇ ਨਾਲ ਨਹਿਰੀ ਪਾਣੀ ਖਤਰਨਾਕ ਸਾਬਤ ਹੋ ਰਿਹਾ ਹੈ, ਇਹ ਰਿਪੋਰਟ ਦੇਖੋ। ਨਹਿਰੀ ਪਾਣੀ ਫਸਲਾਂ ਨੂੰ ਉਪਜਾਊ ਬਣਾਉਣ 'ਚ ਸਹਾਈ ਹੁੰਦਾ। ਜਿਨ੍ਹਾਂ ਇਲਾਕਿਆਂ 'ਚ ਕਿਸਾਨਾਂ ਨੂੰ ਨਹਿਰੀ ਪਾਣੀ ਮਿਲਦਾ ਹੈ, ਉੱਥੇ ਕਿਸਾਨਾਂ ਲਈ ਖੇਤੀਬਾੜੀ ਕਰਨੀ ਆਸਾਨ ਹੋ ਜਾਂਦੀ ਹੈ। ਪਰ ਹੁਸ਼ਿਆਰਪੁਰ ਦੇ ਮੁਕੇਰੀਆਂ, ਦਸੂਹਾ ਅਤੇ ਟਾਂਡਾ ਦੇ ਕਿਸਾਨ ਨਹਿਰੀ ਪਾਣੀ ਤੋਂ ਪਰੇਸ਼ਾਨ। ਬਿਆਸ ਦੇ ਪਾਣੀ ਦਾ ਵਾਧਾ ਦਾਇਰਾ ਫਸਲਾਂ ਨੂੰ ਨਿਗਲ ਰਿਹਾ। ਕਦੇ ਇਸ ਪਾਣੀ ਨਾਲ ਕਿਸਾਨ ਸਿੰਜਾਈ ਕਰਦੇ ਸਨ, ਪਰ ਹੁਣ ਬਿਆਸ ਉਹਨਾਂ ਦੀ ਰੋਜ਼ੀ ਰੋਟੀ ਖੋ ਰਿਹਾ। ਕੰਡਿਆਂ ਨੂੰ ਖੋਰਾ ਲੱਗਦਾ ਜਾ ਰਿਹਾ ਤੇ ਕਿਸਾਨ ਪੱਕੇ ਹੱਲ ਦੀ ਮੰਗ ਕਰ ਰਹੇ ਨੇ। ਖੇਤੀ ਯੋਗ ਜਿਹੜੀ ਜ਼ਮੀਨ ਜਿਹ 'ਚ ਦਰਖਤ ਵੀ ਲੱਗੇ ਆ, ਸਣੇ ਦਰਖਤੀ ਜ਼ਮੀਨ ਇਸ ਤਰ੍ਹਾਂ ਢਾਹਾਂ ਡਿੱਗਦੀਆਂ ਜਾਂਦੀਆਂ ਅਤੇ ਰੁੜਦੀ ਜਾਂਦੀ ਆ, ਅਤੇ ਵਿੱਚ ਜਿਹੜੀ ਆ ਪੱਥਰ ਪਾ ਕੇ ਪੱਥਰ ਅਤੇ ਰੇਤਾ ਜਿਹੜੀ ਵਿੱਚ ਜ਼ਮੀਨ ਜਿਹੜੀ ਉਹ ਬਣਦੀ ਜਾਂਦੀ, ਨਾ ਉਹ ਜ਼ਮੀਨ ਜਿਹੜੀ ਖੇਤੀ ਯੋਗ ਅਤੇ ਨਾ ਉਹਦੇ ਵਿੱਚ ਕੋਈ ਖੇਤੀ ਕਰਨ ਜਾ ਸਕਦਾ। ਅੱਜ ਤੱਕ ਨਾ ਹੀ 82 ਤੋਂ ਬਾਅਦ ਨਾ ਹੀ ਸਟੱਡ ਬਣੇ ਆ ਅਤੇ ਨਾ ਹੀ ਇਹਦੇ ਇਹਨੂੰ ਜਿਹੜੇ ਸਟੱਡ ਜਿਹੜੇ ਪਹਿਲੇ ਬਣੇ ਸੀ ਉਹਨਾਂ ਦੀ ਰਿਪੇਅਰ ਹੋਈ ਆ। ਅਤੇ ਅਸੀਂ ਇਸ ਦਰਿਆ ਤੋਂ ਅੱਗੇ ਵੀ ਮਾਰ ਚਾਹੇ ਦੇ ਹਾਂ, ਇਹ ਸਾਡੇ ਇਲਾਕੇ ਦੇ ਵਿੱਚ ਫਸਲ ਅੱਗੇ ਘੱਟ ਹੁੰਦੀ ਸੀ, ਹੁਣ ਜਿਹੜੀ ਕੋਈ ਮਾੜੀ ਮੋਟੀ ਜ਼ਮੀਨ ਬਚੀ ਦੀ ਆ ਉਹ ਵੀ ਦਰਿਆ ਆਪਣੀ ਲਪੇਟ 'ਤੇ ਲੈ ਜਾਣ ਡਿਆ। ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ ਅਤੇ ਸਾਡੇ ਇਹਦਾ ਕੁਛ ਹੱਲ ਕੀਤਾ ਜਾਵੇ। ਕਿਸਾਨ ਆਗੂਆਂ ਨੇ ਵੀ ਆਵਾਜ਼ ਬੁਲੰਦ ਕੀਤੀ ਹੈ ਅਤੇ ਪ੍ਰਸ਼ਾਸਨ ਨੂੰ 1 ਮਹੀਨੇ ਦਾ ਸਮਾਂ ਦਿੱਤਾ ਮੁਸ਼ਕਲ ਦੇ ਹੱਲ ਵਾਸਤੇ। ਵਿਨਮਰਤਾ ਸਹਿਤ ਬੇਨਤੀ ਕਰ ਦਿੰਦਾ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ, 1 ਮਹੀਨੇ ਦਾ ਮੈਂ ਸਮਾਂ ਦੇਣਾ ਚਾਹੁੰਦਾ। 1 ਮਹੀਨੇ ਦੇ ਅੰਦਰ ਅਗਰ ਸਰਵੇ ਕਰਵਾ ਕੇ ਇਹਨੂੰ ਫਰ ਬੰਨਣ ਦੀ ਕੋਸ਼ਿਸ਼ ਨਾ ਕੀਤੀ ਗਈ ਤਾਂ ਮੈਂ 1 ਮਹੀਨੇ ਬਾਅਦ 21 ਤਰੀਕ ਨੂੰ ਆਪਾਂ ਅਮਰਨ ਅਨਸ਼ਨ 'ਤੇ ਲੋਕਾਂ ਦੇ ਸਹਿਯੋਗ ਦੇ ਨਾਲ ਬੈਠਾਂਗੇ ਔਰ ਆਪਣੇ ਹੱਕਾਂ ਦੀ ਰਾਖੀ ਦੇ ਲਈ ਜਦ ਤੱਕ ਇਸ ਫਰ ਨਹੀਂ ਬਣਾ ਲਏ ਉਦੋਂ ਤੱਕ ਚੈਨ ਨਾਲ ਨਹੀਂ ਬੈਠਾਂਗੇ। ਪ੍ਰਸ਼ਾਸਨਿਕ ਅਫਸਰ ਦਾਅਵਾ ਕਰ ਰਹੇ ਨੇ ਕਿ ਜਲਦੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਵੱਖਰੇ ਵੱਖਰੇ ਸਟ੍ਰੈਟੇਜਿਕ ਪੁਆਇੰਟਸ 'ਤੇ ਸਟੱਡ ਲਗਾਏ ਜਾ ਚੁੱਕੇ ਹੈ ਅਤੇ ਹੁਣ ਵੀ ਲਗਾਏ ਜਾਣ ਦੇ ਉਪਰਾਲੇ ਕੀਤੇ ਜਾ ਰਹੇ ਹੈਗੇ। ਇਸ ਤੋਂ ਇਲਾਵਾ 3 ਕਰੋੜ ਰੁਪਏ ਜਿਹੜੇ ਹੈਗੇ ਉਹ ਸਾਡੇ ਜ਼ਿਲ੍ਹੇ ਨੂੰ ਸੈਂਕਸ਼ਨ ਹੋ ਚੁੱਕੇ ਸਨ ਅਤੇ ਅਸੀਂ ਫਲੱਡ ਪ੍ਰੋਟੈਕਸ਼ਨ ਵਰਕਸ ਜਿਹੜੀ ਹੈਗੀ ਆ ਉਹ ਕਰਵਾ ਦਿੱਤੀ ਹੈਗੀ। ਉਮੀਦ ਕੀਤੀ ਜਾ ਸਕਦੀ ਹੈ ਕਿ ਪ੍ਰਸ਼ਾਸਨਿਕ ਅਫਸਰਾਂ ਵੱਲੋਂ ਦਿੱਤਾ ਗਿਆ ਯਕੀਨ
जल्दी ही हकीकत च बदलेगा। किसान बिना किसी फिक्र दे खेतीबाड़ी कर सकेंगे। रमन खोसला, जी मीडिया, हुशियारपुर। अगे वध्या, ठंड ने अपना असर विखाउणा शुरू कर दिता है। जिन्हां कोल अपने घर ने तां सुरक्षित है, पर जो बेघर ते बेसहारा ने उन्हां दे की सरकारां अजे लोकां लई रैण बसेरिया दा प्रबंध करदियां ने, ते इन्हां रैण बसेरिया दा असीं अपने मिशन नाइट शैल्टर दे तहत रियालिटी चैक कीता। बठिंडा च रैण बसेरिया लिए प्रशासन अजे तैयारियां कर रहा है। इत्थे भी गरीब लोग सड़कां ते सुते आम वेखे जा सकते ने। बस स्टैंड होवे, फुटपाथ होवे या रेलवे स्टेशन, गरीबां लई ही सहारा नजर आउंदे ने। रैण बसेरियां दा रियलिटी चैक करन दे लई जी मीडिया दी टीम बठिंडा दी रेलवे रोड सड़क उत्ते पहुंची, जिथे फुटपाथ उत्ते सो रहे गरीब लोकां दियां कई तस्वीरां साडे सामने सन। ठंडी जमीन अते सर्द हवावां तों बचण लई इन्हां गरीब लोकां दे कोल सिर्फ कंबलां दा सहारा सी। पर सवाल यह है कि आखिर ये रैण बसेरियां दे विच क्यों नहीं रह रहे? अजिहा क्यों है कि यह बाहर खुले आसमान हेठ सौण दे लई मजबूर ने? असीं इन्हां तों ही यह जानण की कोशिश कीती। कमरे दो ही है, उसमें इतने अटते नहीं, बाबे हैं कम से कम 1000 और उसमें रहने के जगह में तो है कम से कम 20-30 अट जाएंगे, इससे ज्यादा तो अटते नहीं। रैण बसेरिया नू लैके असी प्रशासन नू भी सवाल किया, ता जवाब सी कि जो रैण बसेरे पहला तो बने ने उन्हां दी तैयारी हो रही है, जबकि कुछ होर रैण बसेरे उसारे जा रहे ने। इस दे नाल ही यह भी भरोसा दिता गया कि जेकर किसी नूं रैण बसेरे विच रहण तो रोकिया जाता है तो इसकी जांच होगी। बठिंडे विच एक नाइट शैल्टर बन के तैयार हो रहा है, बहुत जल्दी सानू आस है कि वह काम मुकम्मल हो जाएगा। तो एक परमानेंट नाइट शैल्टर जिहड़े शहर के गरीब लोग ने, निराश्रित लोग ने, उन्होंने लिए बन के तैयार हो जाएगा। आस है कि देखो आने वाले टाइम असी किसी नूं कोई दिक्कत नहीं आने देंगे। पूरे प्रबंध असी करांगे, जिन्ने साडे तों जिन्नी साडे कोल स्पेस हैगी आ उहदे अकॉर्डिंगली असीं उहनूं पूरा वधिया ते सुचजे ढंग नाल चलाउंगे। रैण बसेरियां संबंधी असीं अकाली दल दे स्थानक विधायक नाल भी गल करन दी कोशिश कीती, पर उहनां कहा कि उह 23 नवंबर नूं होण वाली रैली दीआं तैयारियां दे विच मशरूक ने। कुल मिला के बठिंडा तों इही गल सामने आई कि शायद प्रशासन अजे कड़ाके दी ठंड दा इंतजार कर रिहा है, जदके गरीब लोग बिना छत तो सौण नूं मजबूर ने। गोबिंद सैनी, जी मीडिया, बठिंडा। ठंड दे मौसम च गरीबां लई रैण बसेरिया दा प्रबंध कीता जांदा। इस वार रैण बसेरिया दीआं किहो जिहीआं तैयारियां ने, किन्ने कु गरीब इस दा लाहा लै रहे ने, असीं जानण दी कोशिश कीती। लुधियाणा तों रिपोर्ट देखो। सड़क किनारे सुते पए लोगों दीआं इह तस्वीरां पंजाब दे मैनचेस्टर कहे जाण वाले उद्योगिक शहर लुधियाणा दीआं ने। सर्दियां आउंदे ही शहर दे वख-वख फुटपाथां दे उत्ते इह तस्वीरां आम नज़र आ जांदियां ने। जी पंजाब हरियाणा हिमाचल ने अपने मिशन नाइट शैल्टर दे तहत इह जानण दी कोशिश कीती कि आखिर इन्हां गरीबां लई प्रशासन की कर रिहा है, गरीबां दे लई बणाए गए रैण बसेरियां दा सच की है। ते जो तस्वीरां सामने आईआं वो कई सवाल खड़े करने वाली सन। इस मिशन दे विच असी लुधियाणा प्रशासन के दावे की पोल खोलते हुए तुहानू तस्वीर दिखा जा रहे हैं। ये सामने रैण बसेरे ने उन्हें गरीबों वास्ते, जिहड़े गरीब फुटपाथ ते सौण नूं मजबूर ने। इस सरकार ने, यह लुधियाणा के प्रशासन ने गरीबों वास्ते बना के दिते हुए ने। उपर देख सकते हो नगर निगम का बोर्ड लगा, तो बेघर व्यक्तियों लई ये अस्थाई निवास है, जिहदे उत्ते लिखिया ते थले नगर निगम का नाम भी लिखा। तुहानू विखाने आ कि ये देखो दूसरे पासे जिहड़ा ताला लगा वो जंजीरा दे नाल बन के
ये ताला लाया होया कि कहाँ जाएंगे सोने के लिए जब यही एक जगह है सर, सारा दिन काम करते हैं सर, सारा दिन काम किए, रात में कहीं आए 12 बजे 11 बजे 2 बजे आए, बिस्तरा ले लिए अपना, साथ में बैग रखते हैं, बैग लेकर रात में सो जाते हैं, फिर सुबह सवेरा जल्दी जितना सवेरा जल्दी होता है उतना जल्दी उठ के वापिस चले जाते हैं। तो जो सामने वो बना हुआ जगह वहाँ के लिए वहाँ बंद है, अभी वहाँ नहीं खुला होता, कभी देखा है खुला नहीं होता वहाँ नहीं खुला था। रैन बसेरिया ते चंद्रे लगे ने इस बारे जो प्रशासन नु सवाल किया गया तो उन्हों का जवाब सी कि तैयारियां कीतिया जा रही ने ते 1 दिसंबर तो रैन बसेरे गरीबों के लिए शुरू कर दिए जाएंगे। हर साल की तरह इस साल भी असी नाइट शैल्टरस जिवें ये ठंड बढ़ती हैगी है, मोस्ट प्रोबेबली असी दिसंबर दे विच प्लान किया हैगा कि चालू कर देंगे। अज ही उन्होंने शुरू किया विजिट करना ताकि असी 1 दिसंबर तो पहला ਜਿਹੜੇ ਸ਼ੈਲਟਰਲੈਸ ਹੈਗੇ ਨੇ ਲੋਕ ਉਹ ਸਕੀਮ ਦੇ ਵਿੱਚ ਆਉਂਦੇ ਨੇ ਉਹ ਪ੍ਰੋਪਰਲੀ ਉਹਨਾਂ ਦੇ ਰਹਿਣ ਦਾ ਇੰਤਜ਼ਾਮ ਹੋਵੇਗਾ। ਉਧਰ ਸ਼ਹਿਰ ਦੇ ਮੇਅਰ ਸਾਹਿਬ ਨੇ ਤਾਂ ਗਰੀਬਾਂ ਦੇ ਉੱਤੇ ਹੀ ਸਵਾਲ ਚੁੱਕ ਦਿੱਤੇ ਤੇ ਕਿਹਾ ਕਿ ਉਹ ਜਾਣ ਬੁੱਝ ਕੇ ਰਹਿਣ ਬਸੇਰਿਆਂ ਦੇ ਵਿੱਚ ਨਹੀਂ ਆਉਂਦੇ। ਇਸੇ ਗੱਲ ਵੱਲ ਵੀ ਤੁਹਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਲੋਕ ਉੱਥੇ ਜਾਣਾ ਹੀ ਨਹੀਂ ਚਾਹੁੰਦੇ ਔਰ ਕਈ ਵਾਰੀ ਐਸਾ ਵੀ ਹੋਇਆ ਕਿ ਸਾਨੂੰ ਜ਼ਬਰਦਸਤੀ ਉਹਨਾਂ ਨੂੰ ਪਕੜ ਕੇ ਉੱਥੇ ਜਾ ਕੇ ਸਵਾਉਣਾ ਪਿਆ। ਇਸ ਗੱਲ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਲੋਕ ਆਪਣੇ ਲਾਲਚ ਵਾਸਤੇ ਮੰਦਰਾਂ ਦੇ ਆਲੇ ਦੁਆਲੇ ਜਾਂ ਗੁਰਦੁਆਰਿਆਂ ਦੇ ਆਲੇ ਦੁਆਲੇ ਸੌਣਾ ਜ਼ਿਆਦਾ ਬਿਹਤਰ ਸਮਝਦੇ ਨਾ ਕਿ ਉੱਥੇ ਛੱਤ ਥੱਲੇ ਜਾ ਕੇ ਸੌਣਾ। ਸ਼ਹਿਰ ਦੇ MLA ਸਾਹਿਬ ਨੇ ਵੀ ਪ੍ਰਸ਼ਾਸਨ ਦੀ ਸੁਸਤੀ ਦੇ ਉੱਤੇ ਸਵਾਲ ਚੁੱਕੇ ਨੇ। ਦੇਖੋ ਜਿਸ ਤੱਕ ਮੇਰੇ ਹਲਕੇ ਦਾ ਵਿਕਾਸ ਦੀ ਗੱਲ ਹੈ ਮੇਰੇ ਹਲਕੇ 'ਚ ਕੋਈ ਵਿਕਾਸ ਨਹੀਂ ਹੋਇਆ ਬਲਕਿ ਮੈਂ ਸਮਝਦਾ ਕਿ ਕਾਂਗਰਸੀਆਂ ਦੇ ਨਾਲ ਵਿਤਕਰਾ ਕੀਤਾ ਜਾਂਦਾ। ਫੁੱਟਪਾਥ ਉੱਤੇ ਸੋ ਰਹੇ ਇਹਨਾਂ ਗਰੀਬਾਂ ਨੂੰ ਰੱਬ ਦਾ ਹੀ ਸਹਾਰਾ ਹੈ ਤੇ ਭਗਵਾਨ ਦੀਆਂ ਇਹ ਤਸਵੀਰਾਂ ਇਸ ਦੀ ਗਵਾਹੀ ਵੀ ਭਰਦੀਆਂ ਨੇ। ਕਹਿੰਦੇ ਨੇ ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਉੱਪਰ ਵਾਲਾ ਹੁੰਦਾ, ਸ਼ਾਇਦ ਇਹੀ ਕਾਰਨ ਹੈ ਕਿ ਨੀਲੀ ਛਤਰੀ ਦੇ ਆਸਰੇ ਖੁੱਲੀ ਛੱਤ ਹੇਠਾਂ ਇਹਨਾਂ ਗਰੀਬਾਂ ਨੂੰ ਠੰਡ ਵਿੱਚ ਠਿਠੁਰਨ ਦੇ ਲਈ ਮਜਬੂਰ ਹੋਣਾ ਪੈ ਰਿਹਾ। ਪ੍ਰਸ਼ਾਸਨ ਦੇ ਦਾਅਵਿਆਂ ਦੇ ਵਿਪਰੀਤ ਇਹਨਾਂ ਸੜਕਾਂ ਤੇ ਪਏ ਗਰੀਬਾਂ ਨੂੰ ਰਹਿਣ ਬਸੇਰਾ ਤਾਂ ਸਿਰਫ ਕਾਗਜ਼ਾਂ ਵਿੱਚ ਹੀ ਨਸੀਬ ਹੋ ਰਿਹਾ, ਪਰ ਵੱਡਾ ਸਵਾਲ ਇਹੀ ਹੈ ਕਿ ਇਹੀ ਕਾਗਜ਼ ਰੂਪੀ ਕੰਬਲ ਕੀ ਇਹਨਾਂ ਦੀਆਂ ਜ਼ਿੰਦਗੀਆਂ ਨੂੰ ਬਚਾ ਪਾਣਗੇ। ਨਵੀਨ ਸ਼ਰਮਾ, ਜ਼ੀ ਮੀਡੀਆ, ਲੁਧਿਆਣਾ। ਬਠਿੰਡਾ ਤੇ ਲੁਧਿਆਣਾ ਦੇ ਹਾਲਾਤਾਂ ਨੂੰ ਵਿਖਾਏ, ਹੁਣ ਤੋਂ ਲੈ ਚੱਲਦੇ ਗੁਰੂ ਨਗਰੀ ਅੰਮ੍ਰਿਤਸਰ ਜਿੱਥੇ ਹਾਲਾਤ ਕੁਝ ਬਿਹਤਰ ਵਿਖਾਈ ਦੇ ਰਹੇ ਨੇ। ਇੱਥੇ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਟੈਂਟ ਰੈਨ ਬਸੇਰੇ ਬਣਾਏ ਜਾ ਰਹੇ ਨੇ। ਪ੍ਰਸ਼ਾਸਨ ਦਾ ਦਾਅਵਾ ਕਿ ਉਨ੍ਹਾਂ ਦੇ ਤਿਆਰੀਆਂ ਜੋ ਨੇ ਉਹ ਪੂਰੀਆਂ ਨੇ। ਪੰਜਾਬ ਵਿੱਚ ਠੰਡ ਦਾ ਮੌਸਮ ਦਸਤਕ ਦੇ ਚੁੱਕਾ ਏ ਤੇ ਆਉਂਦੇ ਦਿਨਾਂ 'ਚ ਠੰਡ ਆਪਣੇ ਪੂਰੇ ਸੁਭਾਅ ਤੇ ਹੋਵੇਗੀ। ਅਜਿਹੇ ਵਿੱਚ ਜਿਨ੍ਹਾਂ ਦੇ ਕੋਲ ਆਪਣੇ ਘਰ ਨੇ ਉਹ ਤਾਂ ਠੰਡ ਤੋਂ ਬਚੇ ਰਹਿਣਗੇ, ਪਰ ਜੋ ਬੇਘਰ ਨੇ ਉਹਨਾਂ ਦਾ ਕੀ? ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅਜਿਹੇ ਲੋਕਾਂ ਲਈ ਕੀ ਪ੍ਰਬੰਧ ਨੇ, ਅਸੀਂ ਆਪਣੇ ਮਿਸ਼ਨ ਦੇ ਤਹਿਤ ਇਹੀ ਜਾਣਨ ਦੀ ਕੋਸ਼ਿਸ਼ ਕੀਤੀ। ਸ਼ਹਿਰ ਦੇ ਵਿੱਚ ਇੱਕ ਰਹਿਣ ਬਸੇਰਾ ਸਰਕਾਰੀ ਹਸਪਤਾਲ ਦੀ ਪੁਰਾਣੀ ਇਮਾਰਤ ਵਿੱਚ ਬਣਾਇਆ ਗਿਆ ਏ ਤੇ ਉੱਥੇ ਰਹਿ ਰਹੇ ਲੋਕ ਪ੍ਰਬੰਧਾਂ ਤੋਂ ਸੰਤੁਸ਼ਟ ਨਜ਼ਰ ਆਏ। ਉਹ ਤਾਂ ਰਜਾਈ ਕਬਰੀ ਰਜਾਈ ਦੇ ਦਿੱਤੇ ਹੈ, ਇਹ ਮੈਡਮ ਕਮਲ ਦੇ ਕੇ ਗਿਆ ਹੈ, ਖੰਡ ਪਾਠ ਕਰਵਾਏ ਥੇ ਤਾਂ ਉਹੀ ਕਮਲ ਦੇ ਗਏ ਹੈ ਮੈਡਮ। ਖਾਣੇ ਪੀਣ ਨੂੰ ਵੀ ਦੋ ਵਕਤ ਮਿਲਦਾ, ਸ਼ਾਮ ਸਵੇਰ ਸ਼ਾਮ ਵੀ ਮਿਲਦਾ ਹੈ। ਹਾਂ, ਜਿੱਦਾਂ ਸਿਆਲ ਆਉਣ ਡਿਆ ਕੁਛ ਸਿਆਲ ਵਾਸਤੇ ਵੀ ਚੀਜ਼ ਕੱਪੜਾ ਵਗੈਰਾ ਜਿਸ ਤਰ੍ਹਾਂ ਕੰਬਲ ਵਗੈਰਾ ਮਿਲਿਆ? ਹਾਂਜੀ, ਕੰਬਲ ਮਿਲਿਆ। ਸ਼ਹਿਰ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਦੇ ਵਿੱਚ ਬੇਘਰ ਲੋਕਾਂ ਲਈ ਪ੍ਰਸ਼ਾਸਨ ਹਰ ਸੰਭਵ ਕੋਸ਼ਿਸ਼ ਕਰ ਰਿਹਾ ਏ। ਉਹਨਾਂ ਦੇ ਲਈ ਰਹਿਣ ਤੋਂ ਇਲਾਵਾ ਕੰਬਲ ਵੀ ਮੁਹੱਈਆ ਕਰਵਾਏ ਜਾ ਰਹੇ ਨੇ। ਉੱਥੇ ਹੀ ਸ਼ਹਿਰ ਦੇ ਮੇਅਰ ਨੇ ਦੱਸਿਆ ਕਿ ਨਵੇਂ ਰਹਿਣ ਬਸੇਰੇ ਬਣਾਉਣ ਲਈ 3 ਥਾਵਾਂ ਚੁਣੀਆਂ ਗਈਆਂ ਨੇ। ਇਸ ਤੋਂ ਇਲਾਵਾ ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਏ ਕਿ ਜਿੱਥੇ ਇਹ ਲੋਕ ਮੌਜੂਦਾ ਵੇਲੇ ਰਹਿ ਰਹੇ ਨੇ ਉੱਥੇ ਹੀ ਉਹਨਾਂ ਨੂੰ ਠੰਡ ਤੋਂ ਬਚਾਉਣ ਦੇ ਪ੍ਰਬੰਧ ਕੀਤੇ ਜਾਣ। ਤੇ ਕੋਸ਼ਿਸ਼ ਇਹੀ ਹੋਣੀ ਚਾਹੀਦੀ ਕਿ ਰਾਧਾ ਦਿਨ ਅਸੀਂ ਉਹਨਾਂ ਨੂੰ ਸ਼ਿਫਟ ਕਰਕੇ ਉਹ ਰੈਨ ਬਸੇਰਾ 'ਚ ਲੈ ਕੇ ਜਾਈਏ, ਅਸੀਂ ਉਹਨਾਂ ਨੂੰ ਉੱਥੇ ਹੀ ਮੁਹੱਈਆ ਕਰਾਈਏ, ਕੁਛ ਇੱਦਾਂ ਦੇ ਟੈਂਟਸ ਮੁਹੱਈਆ ਹੋ ਜਾਣ ਜਿੱਦਾਂ ਮਿਊਨਸੀਪਲ ਕਾਰਪੋਰੇਸ਼ਨ ਆ ਚੰਡੀਗੜ੍ਹ ਨੇ ਕੀਤੇ ਹੋਏ ਆ, ਰਜਾਈਆਂ ਉਹਨਾਂ ਨੂੰ ਦਈਏ ਉੱਥੇ ਤਾਂ ਕਿ ਉਹ ਆਪਣਾ ਰੁਜ਼ਗਾਰ ਵੀ ਕਰ ਸਕਣ ਔਰ ਉਹ ਕਿਸੇ ਦੇ ਮੁਹਤਾਜ ਵੀ ਨਾ ਰਹਿਣ ਔਰ ਠੰਡ ਤੋਂ ਬਚੇ ਵੀ ਰਹਿਣ। ਉਹਦੇ ਵਾਸਤੇ ਰੈਨ ਬਸੇਰਾ ਅਸੀਂ ਬਣਾ ਰਹੇ ਹਾਂ, 2 ਜਗ੍ਹਾ 'ਤੇ 3 ਜਗ੍ਹਾ ਦੇ ਉੱਤੇ ਅਸੀਂ ਆਈਡੈਂਟੀਫਾਈ ਕਰ ਲਈ ਹੈ, ਉਹਦੇ ਵਾਸਤੇ ਪੈਸੇ ਦਾ ਵੀ ਪ੍ਰਬੰਧ ਕਰ ਲਿਆ। ਹੋਰ ਵੀ 1-2 ਥਾਵਾਂ 'ਤੇ ਹੈ ਜਿਹੜੇ ਜਿਨ੍ਹਾਂ ਦੀ ਸਥਿਤੀ ਖਰਾਬ ਹੈ ਉਹਨਾਂ ਨੂੰ ਵੀ ਅਸੀਂ ਦੇਖ ਕੇ ਅਤੇ ਉਹਨਾਂ ਦੇ ਵੀ ਜਿਹੜਾ ਸਗੋਂ ਜਿਹੜੇ ਬਣੇ ਹੋਏ ਨੇ ਥੋੜ੍ਹੇ ਪੈਸੇ ਲੱਗਣੇ ਉਹਦੇ 'ਤੇ ਉਹਨਾਂ ਨੂੰ ਵੀ ਦੇਖ ਕੇ ਅਤੇ ਅਸੀਂ ਪੂਰਾ। ਅੰਮ੍ਰਿਤਸਰ ਪੰਜਾਬ ਦੇ ਉਹਨਾਂ ਸ਼ਹਿਰਾਂ ਦੇ ਵਿੱਚ ਆਉਂਦਾ ਏ ਜਿੱਥੇ ਸਭ ਤੋਂ ਵਧੇਰੇ ਠੰਡ ਹੁੰਦੀ ਹੈ। ਰਹਿਣ ਬਸੇਰਿਆਂ ਨੂੰ ਲੈ ਕੇ ਫਿਲਹਾਲ ਪ੍ਰਸ਼ਾਸਨ ਦੇ ਪ੍ਰਬੰਧ ਇੱਥੇ ਚੰਗੇ ਨੇ, ਪਰ ਲੋੜ ਹੈ ਕਿ ਛੇਤੀ ਹੋਰ ਰਹਿਣ ਬਸੇਰੇ ਉਸਾਰੇ ਜਾਣ।
ਤਾਂ ਜੋ ਕਿਸੇ ਵੀ ਗਰੀਬ ਨੂੰ ਬਾਹਰ ਠੰਡ ਦੇ ਵਿੱਚ ਨਾ ਸੌਣਾ ਪਵੇ। ਰਾਜਨ ਗੁਸਾਈ, ਜ਼ੀ ਮੀਡੀਆ, ਅੰਮ੍ਰਿਤਸਰ। ਅੰਮ੍ਰਿਤਸਰ 'ਚ ਤਾਂ ਹਾਲਾਤ ਕੁਛ ਬਿਹਤਰ ਵਿਖਾਈ ਦਿੱਤੇ, ਪਰ ਕੁਛ ਅਜਿਹੇ ਵੀ ਸ਼ਹਿਰ ਨੇ ਜਿੱਥੇ ਲੋਕ ਸੜਕਾਂ ਅਤੇ ਫੁੱਟਪਾਥ ਨੂੰ ਹੀ ਰੈਣ ਬਸੇਰਾ ਮੰਨੀ ਬੈਠੇ ਨੇ। ਫਿਲਹਾਲ ਇਸ ਬੁਲੇਟਿਨ 'ਚ ਇੰਨਾ ਹੀ, ਮੈਨੂੰ ਦੋ ਇਜਾਜ਼ਤ, ਤੁਸੀਂ ਦੇਖਦੇ ਰਹੋ ਜੀ ਪੰਜਾਬ, ਹਰਿਆਣਾ, ਹਿਮਾਚਲ।